हरप्रीत सिंह शो के अब इस एपिसोड में आप सब करता हाँ हार्दिक स्वागत पिछले तीन हफ्तों हाँ तो अलाकात करवा रहे हैं सदार मोता सिंह चीता ਇਸ ਪ੍ਰੋਗਰਾਮ ਦੇ ਵਿੱਚ ਇਹ ਸੀਰੀਜ਼ ਚਲਾਉਣ ਦਾ ਮਕਸਦ ਇਹੀ ਹੈਗਾ ਕਿ ਸਾਨੂੰ ਪਤਾ ਚੱਲ ਸਕੇ ਕਿ ਸਾਡੇ ਜਿਹੜੇ ਪਾਇਨੀਅਰਜ਼ ਇੱਥੇ ਆਏ ਉਹਨਾਂ ਨੇ ਕਿਹੜੇ ਚੈਲੰਜਸ ਫੇਸ ਕੀਤੇ ਤੇ ਕਿਸ ਤਰੀਕੇ ਨਾਲ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਇਕ ਝਟ ਕਰਕੇ ਕੋਈ ਨਾ ਕੋਈ ਫੈਸਲਾ ਫੈਸਲਾ ਕੀਤਾ ਪਿਛਲੀ ਵਾਰ ਅਸੀਂ ਪਹੁੰਚ ਗਏ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਜਦੋਂ ਇਹ 68 ਵਿੱਚ ਆਏ ਉਸ ਤੋਂ ਬਾਅਦ ਇਹਨਾਂ ਨੇ ਇੰਟਰਸਟ ਲਿਆ ਪੋਲਿਟਿਕਸ ਦੇ ਵਿੱਚ ਯਾਨੀ ਗੁਰਦੁਆਰੇ ਦੀ ਸਿਆਸਤ ਦੇ ਵਿੱਚ ਅਤੇ ਉਸ ਦੇ ਵਿੱਚ ਇਹ ਚਾਹੁੰਦੇ ਸਨ ਕਿ ਗੁਰਮਤ ਜੋ ਹੈ ਉਸ ਦਾ ਪੱਲਾ ਪਾਰੂ ਕੀਤਾ ਜਾਏ ਕਿਹੜੇ-ਕਿਹੜੇ ਔਖੇ ਆਈਆਂ ਆਈਆਂ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਫੈਲੀ ਇਸ ਬਾਰੇ ਅੱਜ ਹੋਰ ਗੱਲਬਾਤ ਕਰਦੇ ਹਾਂ ਤੇ ਨਾਲ ਕਿਉਂਕਿ ਹੁਣ 80s ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸਮਾਂ ਬੜਾ ਟਰਬੂਲੈਂਟ ਸਮਾਂ ਹੈ 84 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇਸ ਤੋਂ ਪਹਿਲਾਂ ਦਾ ਤੇ ਬਾਅਦ ਦਾ ਜਿਹੜਾ ਸਮਾਂ ਸੀ ਕਿਹੋ ਜਿਹਾ ਸੀ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਵਾਂਸ ਅਗੇ ਵੈਲਕਮ ਥੈਂਕ ਯੂ ਜੀ ਥੈਂਕ ਯੂ ਸੋ ਮੋਦਰ ਸਿੰਘ ਜੀਤਾ ਜੀ ਲਾਸਟ ਟਾਈਮ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਇਹ ਤਿੰਨ ਚਾਰ ਪੁਆਇੰਂਟਸ ਜਿਹੜੇ ਮੇਜਰ ਸੀ ਉਹਨਾਂ ਦੇ ਉੱਤੇ ਕਮਿਊਨਿਟੀ ਦੁਫਾੜ ਹੋਈ ਪਈ ਸੀ ਪੋਲਿਟਿਕਸ ਵੀ ਇ ਨਵੇਂ ਪਰਿਵਾਰ ਜਿਹੜੇ ਆਏ ਉਹਨਾਂ ਨਾਲ ਕੁਝ ਸ਼ੁਰੂਆਤ ਕੀਤੀ ਕਿੰਨੀ ਕੋਈ ਰੈਜ਼ਿਸਟੈਂਸ ਕਿੰਨਾ ਕੋਈ ਸਹਿਯੋਗ ਕੀ ਕੁਝ ਹੋਇਆ ਦੇਖੋ ਜਿਹੜੇ ਪਹਿਲੇ 2 ਪੁਆਇੰਟ ਮੈਂ ਦੱਸ ਚੁੱਕਾ ਉਹ ਤਾਂ ਸਮਝ ਲਓ ਵੀ ਕੁਝ ਕਾਰਨ ਸੀ ਕਿ ਕਮਿਊਨਿਟੀ ਦੇ ਅੰਦਰ ਝਗੜਾ ਹੋਣ ਦਾ ਪਰ ਜਿਹੜਾ ਕੀਰਤਨ ਦੀ ਜਿਹੜੀ ਪਰੰਪਰਾ ਸ਼ੁਰੂ ਹੋਈ ਕੀਨੀਆਂ ਤੋਂ ਜਿਸ ਤਰ੍ਹਾਂ ਸੀ ਇਹਦੇ ਵਿੱਚ ਖਾਸ ਕਰਕੇ ਨੀਲ ਪਰਿਵਾਰ ਦਾ ਕਾਫੀ ਇਸਾ ਸੀ ਉਹਨਾਂ ਨੇ ਸਾਰਿਆਂ ਨੂੰ ਜੋੜਿਆ ਦੇ ਨਾਲ ਅਸੀਂ ਆਸ ਆਸਤਾ ਮੈਂ ਖੁਦ ਵੀ ਕੀਰਤਨ ਕਰਦਾ ਰਿਹਾ ਉਹ ਵੀ ਕੀਰਤਨ ਕਰਦੇ ਸਨ ਹੋਰ ਜਿਹਨੂੰ ਵੀ ਮੌਕਾ ਮਿਲੇ ਸੀ ਕੀਰਤਨ ਕਰਦੇ ਸਨ ਜਿਹਦਾ ਪ੍ਰਭਾਵ ਇਹ ਹੋਇਆ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਕਮਿਊਨਿਟੀ ਦੇ ਅੰਦਰ ਜਿਹੜੀ ਰਿਫਟ ਹੈ ਇਹ ਸ਼ਾਇਦ ਇਸ ਕਰਕੇ ਖਤਮ ਹੋ ਸਕਦੀ ਜੇ ਅਗਰ ਗੁਰਦੁਆਰੇ ਦੇ ਅੰਦਰ ਕੀਰਤਨ ਵਗੈਰਾ ਜਾਂ ਇਹ ਜਿਹੜੇ ਲੋਕ ਆ ਕੇ ਕੀਰਤਨ ਕਰਦੇ ਆ ਇਹਨਾਂ ਦਾ ਕਿਸੇ ਦੇ ਨਾਲ ਕੋਈ ਗੱਠ ਜੋੜ ਨਹੀਂ ਕਿਸੇ ਪਾਰਟੀਬਾਜ਼ੀ ਚ ਨਹੀਂ ਹੈਗੇ ਤੇ ਜੇ ਅਗਰ ਅਸੀਂ ਕਿਉਂ ਨਾ ਇਹਨਾਂ ਨੂੰ ਮੌਕਾ ਤਾਵੇ ਲੋਕੀ ਤੰਗ ਆ ਚੁੱਕੇ ਨੇ ਕਮਿਊਨਿਟੀ ਦੇ ਝਗੜੇ ਵਿੱਚ ਜੋ ਇੰਟਰਨਲ ਕਮਿਊ ਰਿਫਟਸ ਇਹ ਤੋਂ ਬਹੁਤ ਅੰਗ ਆਵੇ ਸੀ ਸੋ ਇਸ ਕਰਕੇ 74 ਦੇ ਵਿੱਚ ਫੇਰ ਇਲੈਕਸ਼ਨ ਹੋਈ ਉਸ ਤੋਂ ਪਹਿਲਾਂ ਇੱਥੇ ਇੰਦਰਾ ਗਾਂਧੀ ਜੀ ਵੀ ਆਏ ਉਹ 73 ਦੇ ਵਿੱਚ ਆਏ 72 ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਪੁਰਾਣਾ ਸੀਗਾ ਉਹ ਵੀ ਰੱਖਿਆ 1 ਲੱਖ ਕੋ 5000 ਡਾਲਰ ਦਾ ਵੇਚ ਦਿੱਤਾ ਗਿਆ ਜਿਹੜੀ ਕਿ ਬਹੁਤ ਵੱਡੀ ਗਲਤੀ ਸੀ ਸਾਡੀ ਕਮਿਊਨਿਟੀ ਵਾਸਤੇ ਉਹ ਵਿੱਚੀ ਕਮਿਊਨਿਟੀ ਦੇ ਵਿੱਚ ਹੀ ਉਹ ਪੈਸਾ ਵੜ ਗਿਆ ਸਨ ਪਤਾ ਵੀ ਨਹੀਂ ਕਿਤੇ ਸੀ। ਪਰ ਕੀ ਉਸ ਸਮੇਂ ਇਸ ਦਾ ਕੋਈ ਵਿਰੋਧ ਹੋਇਆ ਸੀ ਕਿ ਨਹੀਂ ਵੇਚਣਾ ਚਾਹੀਦਾ? ਉਸ ਵੇਲੇ ਜਿਸ ਵਕਤ ਮੈਂ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਜਦੋਂ ਇਹ ਡੀਲ ਥਰੂ ਹੋਈ ਹੈ। ਮੈਂ ਉਸ ਵੇਲੇ ਬੜਾ ਨਵਾਂ ਸੀ ਔਰ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਜਨਸ ਜਨ ਵਿੱਚ ਬੈਠਾ ਇਹਨਾਂ ਦੇ ਨਾਂ ਵੀ ਕੀ ਹੈ। ਮੈਂ ਇਹਨਾਂ ਨਹੀਂ ਸੀ ਜਾਣਦਾ। ਲੇਕਿਨ ਇਹਦੇ ਵਾਸਤੇ ਜੋ ਆਫਰ ਲੈ ਕੇ ਆਏ ਉਹਨਾਂ ਚ ਇੱਕ ਸਰਦਾਰ ਮੁਖਤਿਆਰ ਸਿੰਘ ਗਿੱਲ ਜਿਹੜੇ ਕਿ ਸਭ ਤੋਂ ਪਹਿਲੇ ਇੱਥੇ ਰੀਅਲਟਰ ਹੁੰਦੇ ਸਨ ਅੱਛਾ ਜੀ ਮੁਖਤਿਆਰ ਸਿੰਘ ਇਹ ਲੋ ਹੁਣ ਸਾਡੇ ਵਿੱਚ ਨਹੀਂ ਹੈਗੇ ਉਹ ਕੁਝ ਸਾਲ ਹੋ ਗਏ ਗੁਜ਼ਰ ਗਏ ਤੇ ਇੱਕ ਸੋਨ ਸਰੇਂਦਰ ਸਿੰਘ ਸੰਗਾ ਇਹ ਦੋ ਰੀਅਲਟਰ ਸਨ ਔਰ ਜਿਹੜੀ ਦੂਸਰੀ ਆਫਰ ਸੀਗੀ ਉਹ ਸੋਨ ਸਰੇਂਦਰ ਸਿੰਘਾ ਹੋਰੀ ਲੈ ਕੇ ਆਏ ਸੀਗੇ ਔਰ ਜਿਹੜੀ ਕਿ ਉਹ ਕਮਿਊਨਿਟੀ ਨੇ ਮਨਜ਼ੂਰ ਕਰ ਲਈ ਔਰ ਗੁਰਦੁਆਰਾ ਜਿਹੜਾ ਸੀਗਾ ਉਹ ਉਬੇਸ਼ਿਤ ਤਾਂ ਗਿਆ ਜਿਹੜਾ ਕਿ ਮੈਂ ਪਹਿਲੀਆਂ ਅਕਿਸ਼ਤਾਂ ਦੇ ਵਿੱਚ ਕਹਿ ਚੁੱਕਾ ਕਿ ਇਹਦੇ ਵਿੱਚ ਵੀ ਸ਼ਾਇਦ ਇੱਕ ਇੱਥੇ ਦੀ ਜਿਹੜੀ ਸਿਟੀ ਵੱਲੋਂ ਸਿਆਸਤ ਸਿਆਸਤ ਕੀਤੀ ਗਈ ਕਿ ਜੇ ਇਹਨਾਂ ਨੂੰ ਹੋਰ ਥੋੜੀ ਜ਼ਮੀਨ ਦੇ ਦਈਏ ਕੋਈ ਲੋਕੇਟ ਕਰ ਦਈਏ ਤੇ ਐਸ ਜਗ੍ਹਾ ਤੋਂ ਛੱਡ ਕੇ ਅਗਰੇ ਬਾਹਰਲੇ ਹਸੇ ਚਲ ਜਾਣ ਚੰਗੀ ਗੱਲ ਹੈ ਤੇ ਇਹਦੀ ਕੰਪੈਰੀਜ਼ਨ ਮੈਂ ਉਸ ਵੇਲੇ ਦੇ ਜਿਹੜੇ ਬਜ਼ੁਰਗਾਂ ਨਾਲ ਹੰਦੂਰਾਸ ਜਾਣਦੀ ਸੀ ਮੈਂ ਤਕਰੀਬਨ ਉਹਨਾਂ ਐਸ ਵਕਤ ਹੋਂ ਦਾ ਜੋ ਵਿਜ਼ਨ ਹੈ ਉਹਦੇ ਹਿਸਾਬ ਨਾਲ ਕੰਪੇਅਰ ਕਰਦਾ ਅਗਰ ਉਹ ਜਗ੍ਹਾ ਜਿੱਥੇ ਸਾਡੇ ਪੁਰਾਣਾ ਗੁਰਦੁਆਰਾ ਹੁੰਦਾ ਤੇ ਅੱਜ ਸਾਡੀ ਕਮਿਊਨਿਟੀ ਕਿਤੇ ਲੱਖਾਂ ਕਰੋੜਾਂ ਦੇ ਵਿੱਚ ਹੋਰ ਆ ਆਦਮੀ ਉੱਥੇ ਖੇលਦੇ ਹੁੰਦੇ ਅੱਜ ਸਾਡਾ ਉੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਸੋ ਮੜਕੇ ਮੈਂ ਉਸੇ ਆਵਾ ਜਿੱਥੋਂ ਆਪਾਂ ਸੀਰੀ ਸ਼ੁਰੂ ਕੀਤੀ ਹੈ ਜਿਸ ਕਰਕੇ 74 ਦੇ ਵਿੱਚ ਫਿਰ ਇੱਕ ਕਮੇਟੀ ਚੁਣੀ ਗਈ ਔਰ ਸਾਰੀ ਸਾਰੀ ਕਮਿਊਨਿਟੀ ਇਕੱਠੀ ਹੋਈ ਔਰ ਉਹਦੇ ਵਿੱਚ ਜਿਹੜੀ ਯੂਨੀਨੀਮਸ ਹੈ ਕਿਸਮ ਦੀ ਕਮੇਟੀ ਦੀ ਸਿਲੈਕਸ਼ਨ ਹੋਈ ਕਿਉਂ ਕਮਿਊਨਿਟੀ ਦੇ ਵਿੱਚ ਰਿਫਟ ਇਤਨੀ ਸੀਗੀ ਲੋਕੀ ਚਾਹੁੰਦੇ ਸਨ ਵੀ ਇਹ ਜਿਹੜਾ ਕਮਿਊਨਿਟੀ ਦਾ ਝਗੜਾ ਕਿਸੇ ਤਰੀਕੇ ਨਾਲ ਖਤਮ ਹੋ ਜਾਏ ਔਰ ਇਸ ਤੋਂ ਪਹਿਲਾਂ ਇਹ ਝਗੜੇ ਨੂੰ ਖਤਮ ਕਰਕੇ ਕਰਨ ਵਾਸਤੇ ਇੱਥੇ ਵੈਨਕੂਵਰ ਦੇ ਮੇਅਰ ਸਨ ਜਿਨ੍ਹਾਂ ਦਾ ਨਾਮ ਸੀਗਾ ਆ ਆਰਟ ਫਿਲਪ ਸ਼ਾਸੀ ਉਸਕਤ ਤੇ ਉਹਨਾਂ ਨੇ ਇੱਕ ਕਮੇਟੀ ਵੀ ਸਥਾਪਿਤ ਕੀਤੀ ਸੀ ਕਿ ਤੁਸੀਂ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਕਨਸਟੀਟਿਊਸ਼ਨ ਹੈ ਉਹਨੂੰ ਰੀਡਰਾਫਟ ਕਰੋ ਵੀ ਜੇ ਅਗਰ ਕਨਸਟੀਟਿਊਸ਼ਨ ਹੀ ਕੋਈ ਝਗੜੇ ਦਾ ਕਾਰਨ ਹੈ ਤਾਂ ਫਿਰ ਇਹ ਜਿਹੜਾ ਹੈਗਾ ਝਗੜਾ ਮਿਟ ਸਕਦਾ ਸੋ ਕੀ ਬੋਨ ਆਫ ਕੰਟੈਂਸ਼ਨ ਕੀ ਸੀ ਇਸ ਕਨਸਟੀਟਿਊਸ਼ਨ ਉਹਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਸੀਗਾ ਕਿ ਕਨਸਟੀਟਿਊਸ਼ਨ ਨੂੰ ਰੀਰਾਈਟ ਕਰਕੇ ਤੇ ਜਿਹੜਾ ਤੁਸੀਂ ਗੁਰਦੁਆਰੇ ਦੇ ਅੰਦਰ ਨੰਗੇ ਸਿਰ ਦਾ ਆਉਣਾ ਦਾ ਔਰ ਗੁਰਦੁਆਰੇ ਮੈਂਬਰਸ਼ਿਪ ਵੀ ਹੈ ਦੋ ਬੋਨ ਆਫ ਕੰਟੈਂਸ਼ਨ ਸਰ ਲੇਕਿਨ ਇਹ ਕਾਫੀ ਦਿਨ ਤੱਕ ਇਹ ਮੀਟਿੰਗਾਂ ਚੱਲੀਆਂ ਕਈ ਮਹੀ ਜੇ ਦੇ ਵਿੱਚ ਮੈਨੂੰ ਪਤਾ ਕੁਝ ਸੱਜਣਾਂ ਦੇ ਨਾਮ ਮੈਂ ਚੰਗਾ ਹੋਊਗਾ ਹਿਸਟੋਰੀਕਲ ਉਤਾਰ ਤੇ ਮੈਂਸ਼ਨ ਕਰਾਂ ਕਿ ਉਹਨਾਂ ਚ ਡਾਕਟਰ ਗਿਲ ਸਨ ਉਸ ਵੇਲੇ ਇੱਕ ਇੱਕ ਕਮੇਟੀ ਦੇ ਗਰੁੱਪ ਦੇ ਵਿੱਚ ਔਰ ਕਰਨੈਲ ਸਿੰਘ ਔਰ ਅਵਤਾਰ ਸਿੰਘ ਗੋਸਲ ਔਰ ਗੁਰਦੇয়াল ਸਿੰਘ ਸੰਗਰਾ ਇਹ ਚਾਰ ਬੰਦੇ ਸਨ ਦੂਸਰੇ ਪਾਸੇ ਤਾਰਾ ਸਿੰਘ ਸੀਗਾ ਬੁਲਾ ਸਿੰਘ ਆਪਣੇ ਮਖਤਿਆਰ ਸਿੰਘ ਗਿੱਲ ਤੇ ਮਹਿਮੂਦ ਸਿੰਘ ਚੀਤਾ ਚਾਰ ਜਣੇ ਅਸੀਂ ਮਹਿਸਾਨ ਤੇ ਇਹ ਸਾਰੀ ਜਿਹੜੀ ਕਨਸਟੀਟਿਊਸ਼ਨ ਰੀਡਰਾਫਟ ਕੀਤੀ ਗਈ ਔਰ ਕਨਸਟੀਟਿਊਸ਼ਨ ਦੀ ਚੇਅਰ ਵਾਸਤੇ ਵੀ ਮੇਅਰ ਨਹੀਂ ਇੱਕ ਬੰਦਾ ਪਾਇੰਟ ਕੀਤਾ ਜਨਾਬ ਟੀੀ ਫਾਉਂਟੇਨ ਸੀਗਾ ਔਰ ਉਹਨਾਂ ਦੀ ਸੈਕਟਰੀ ਵੀ ਆਪਣੀ ਸੀ ਉਹਨਾਂ ਦੀ ਉਹਨੇ ਸਾਰਾ ਕੁਝ ਲਿਖਦੇ ਰਹੇ ਲੇਕਿਨ ਅਖੀਰ ਤੇ ਜਿਹੜੀ ਸੀ ਕਨਸਟੀਟਿਊਸ਼ਨ ਦਾ ਐਫਰਟ ਸੀ ਉਹ ਵੀ ਸਿਰਨਾ ਚੜਿਆ ਕਿਉਂਕਿ ਜਿਹੜਾ ਨੰਗੇ ਸਰ ਦਾ ਮਾਮਲਾ ਜਿਹੜਾ ਮੈਂਬਰਸ਼ਿਪ ਹੀ ਦਾ ਮਾਮਲਾ ਸੀਗਾ ਇਹ ਕਮਿਊਨਿਟੀ ਰੀਜ਼ੋਲਵ ਨਾ ਕਰ ਸਕੀ ਔਰ ਇਹ ਚੀਜ਼ ਉਥੇ ਉਥੇ ਫਲਾਪ ਹੋ ਗਈ ਸੋ so, uh, 74 ਬੜ ਕੇ ਫੇਰਨਾ ਕਿਉਂਕਿ ਤਬਦੀਲੀ ਉਦੋਂ ਸ਼ੁਰੂ ਹੋਣੀ ਹੋਈ ਹੈ ਜਿਸ ਵਲੇ 74 ਦੇ ਕਮੇਟੀ ਤਾਂ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਗੁਰਦੁਆਰੇ ਦੇ ਅੰਦਰ ਜਿਹੜੀ ਇਹ ਮਨਮਤ ਨੰਗੇ ਸਿਰ ਦੀ ਹੈ ਇਹ ਚੀਜ਼ ਰੌਰੀਤੀ ਨਾ ਹੋਵੇ ਔਰ ਇਹ ਲੋਕਾਂ ਦੀ ਡਿਮਾਂਡ ਤੇ ਜਿਹੜੀ ਗੱਲ ਕੀਤੀ ਗਈ ਜਿਹੜੀ ਸੰਗਤ ਉਸ ਤੋਂ ਲਿਆਉਣ ਲੱਗ ਪਈ ਉਹਨਾਂ ਨੇ ਕਿਹਾ ਵੀ ਗੁਰਦੁਆਰੇ ਦੇ ਅੰਦਰ ਜਿਹੜੇ ਨੰਗੇ ਸਿਰ ਲੋਕ ਬੈਠਦੇ ਇਹ ਚੰਗੀ ਨਹੀਂ ਹਟਾਉਣਾ ਚਾਹੀਦਾ ਔਰ ਜਿਹੜੀ ਗੁਰੂ ਦੀ ਰਿਸਪੈਕਟ ਹੈ ਉਹਨੂੰ ਬਿਹਾਲ ਕਰਨਾ ਚਾਹੀਦਾ ਔਰ ਜਿਸ ਕਰਕੇ ਉੱਥੇ ਸਟੈਪ ਲਿਆ ਗਿਆ ਗੁਰਦੁਆਰੇ ਦਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਔਰ ਪਾਸ ਕਰਕੇ ਇਦੇ ਵਾਸਤੇ ਲੋਕਾਂ ਨੂੰ ਰਿਕਵੈਸਟ ਬੇਨਤੀ ਕੀਤੀ ਗਈ ਚਿੱਠੀਆਂ ਵੀ ਕੱਢੀਆਂ ਗਈਆਂ ਔਰ ਉਹਦੀ ਉਹਦੀ ਬਹੁਤ ਸਾਰੀ ਵਿਰੋਧਤਾ ਹੋਈ ਅੱਛਾ ਔਰ ਇਸੇ ਹੀ ਦੌਰਾਨ ਦੇ ਵਿੱਚ ਇਹ 74 ਦਾ ਸਾਲ ਇੱਕ ਬਹੁਤ ਔਖਾ ਸਾਲ ਸੀਗਾ ਜਿਸ ਨੂੰ ਅਸੀਂ ਕਹਾਂਗੇ ਕਿ ਇਹ ਇੱਕ ਮੇਨ ਇੱਕ ਸਾਲ ਸੀਗਾ ਜਿਹੜੀ ਇੱਥੇ ਕਾਫੀ ਜਿਹੜੀ ਆਉਣ ਵਾਲੀ ਜਿਹੜੀ ਅੱਜ ਅਸੀਂ ਦੇਖਦੇ ਆ ਗੁਰਮਤ ਦੇ ਵਿੱਚ ਚੇਂਜ ਆ ਗਿਆ ਇਹ 1 ਸਾਲ 1974 ਹੈ ਉਹਦੀ ਮੈਂ ਫਾਊਂਡੇਸ਼ਨ ਜਾਂ ਉਹਨੂੰ ਬੇਸ ਕਹਿ ਸਕਦਾ ਜਿਸ ਕਰ ਅੱਜ ਕੱਲ ਆਪਾਂ ਜੋ ਅੱਜ ਸਦਾ ਦੇਖ ਰਹੇ ਉਸ ਸਾਲ ਦੇ ਕਾਰਨ ਜੋ ਕੁਝ ਹੋਇਆ ਉਹਦੇ ਬਾਰੇ ਹਾਂਜੀ ਕਿਉਂਕਿ ਉਹਦੀ ਰੈਜ਼ਿਸਟੈਂਸ ਬਹੁਤ ਹੋਈ ਉਸੇ ਕਾਰਨ ਉਹੀ ਸਾਲ ਸੀਗਾ ਜਦੋਂ ਕਿ ਆਪਣੇ ਸਿੰਘ ਸਵਾਦੀ ਸ਼ਤਾਬਦੀ ਵੀ ਸੀਗੀ ਇਸੇ ਸਾਲ ਦੇ ਵਿੱਚ ਮੈਂ ਮੋਟੇ ਮੋਟੇ ਗਲੱਬ ਤੋਂ ਕਰ ਲਿਆ ਉਸੇ ਸਾਲ ਦੇ ਵਿੱਚ ਸਦਾਰ ਜਥੇਦਾਰ ਗੁਰਚਰਨ ਸਿੰਘ ਟੋੜਾ ਯਾਨੀ ਮਹਿੰਦਰ ਭਿੰਦਰ ਸਿੰਘ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪੰਚ ਕਮੇਟੀ ਤੇ ਸਰਦ ਜੀ ਸੁਰਜੀਤ ਸਿੰਘ ਬਰਨਾਲਾ ਇਹ ਤਿੰਨ ਸੱਜਣ ਇੱਥੇ ਆਏ ਸਨ ਔਰ ਇਹ ਆਏ ਸਨ ਔਰ ਸਦਾਰ ਹੁਕਮ ਸਿੰਘ ਜਿਹੜੇ ਕਿ ਸ਼ਤਾਬਦੀ ਕਮੇਟੀ ਦੇ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਸਨ ਇਹ ਚਾਰ ਬੰਦੇ ਜਿਹੜੇ ਹੁਕਮ ਸਿੰਘ ਇੰਡੀਆ ਦੇ ਲੋਕ ਸਭਾ ਦੇ ਸਪੀਕਰ ਸਨ ਬਸ ਕਾਰਜੋਗਰ ਬੜੇ ਸਲਜੀ ਸਿਆਣੇ ਮਰਚਤਾਂ ਉਹ ਆਏ ਔਰ ਆ ਕੇ ਇੱਥੇ ਜਿਹੜਾ ਫਿਰਸਲੇ ਇਸ ਚੀਜ਼ ਨੂੰ ਮੁੱਖ ਰੱਖਦੇ ਆ ਜਿਹੜੇ yogi har bhajan singh ji ਉਹ ਵੀ ਇਹਦੇ ਵਿੱਚ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਅੱਛਾ ਜੀ ਔਰ ਇਹਨੂੰ ਸਪਾਂਸਰਸ਼ਿਪ ਕਰਨ ਵਾਸਤੇ ਉਹਨਾਂ ਦਾ ਵੀ ਕਾਫੀ ਹੱਸੀ ਔਰ ਖਾਸਤ ਵਨਸਾਟੀ ਦਾ ਵੀ ਠੀਕ ਔਰ ਖਾਲਸਾ ਦਵਾਨ ਸਾਈਟੀ ਤੋਂ ਜੋ ਸਿੱਖੀ ਦਾ ਪ੍ਰਚਾਰ ਜੋ ਸਿੰਘ ਸਿੰਘ ਸਵਾਦੀ ਜੋ ਮੂਵਮੈਂਟ ਦੀ ਸਪਿਰਟ ਹੈ ਉਹਨੂੰ ਦੁਬਾਰਾ ਉਜਾਗਰ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਔਰ ਜਿਸ ਕਰਕੇ ਇਥੇ ਰੌਸ ਗੁਰਦੁਆਰੇ ਦੇ ਵਿੱਚ ਫਿਰ ਇੱਕ ਦਫਾ ਬਹੁਤ ਸਾਰਾ ਕੀ ਕਹਿੰਦੇ ਵੀ ਆਪੋ ਵਿੱਚ ਖਿੱਚਮ ਕੱਚੀ ਵੀ ਹੋਈ ਜਿਹਦੇ ਵਿੱਚ ਇੱਕ ਗੋਰੇ ਸਿੰਘ ਜਿਹੜੇ ਸਾਨੂੰ ਦਰਵਾਜੇ ਤੇ ਖੜੇ ਹੋ ਕੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲਗੇ ਭਈ ਤੁਸੀਂ ਜੇ ਅੰਦਰ ਆਉਣਾ ਤਾਂ ਸਿਰ ਟੱਕੀ ਆਓ ਤੇ ਕੁਝ ਬੀਬੀਆਂ ਨੇ ਚੈਲੰਜ ਕੀਤਾ ਚੈਲੰਜ ਕਰਕੇ ਇੱਥੇ ਤੱਕ ਭਈ ਬੜੀ ਦੁੱਖ ਦੇ ਨਾਲ ਮੈਨੂੰ ਗੱਲ ਕਹਿਣੀ ਪੈਂਦੀ ਪਰ ਇਹ ਹਿਸਟੋਰੀਕਲ ਫੈਕਟ ਹੈ ਉਸ ਗੋਰੇ ਦੀ ਦਾੜੀ ਵੀ ਪੁਰਸ਼ਟੀ ਉਹਨਾਂ ਨੇ ਤੇ ਬਹੁਤ ਜਣੀ ਬਹੁਤ ਖਿੱਚਮਚਾ ਹੋਇਆ ਗੁਰਦੁਆਰੇ ਦੇ ਅੰਦਰ ਇਹ ਹੈ ਜਿਹੜਾ ਸੀ ਤਣਾਅ ਗੁਰਦੁਆਰੇ ਦੇ ਦਰਵਾਜੇ ਦੇ ਉੱਤੇ ਬਿਲਕੁਲ ਸਹੀ ਇਸ ਬਾਰ ਗੁਰਦੁਆਰਾਂ ਕਰਦੇ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਫਿਰ ਤੁਸੀਂ ਲੋ ਰਿਸਟੈਂਸ ਅਜੇ ਲੱਗ ਨਹੀਂ ਰਿਹਾ ਸੀ ਕਿ ਘਟ ਰਹੀ ਏ ਪਰ ਫਿਰ ਕਿਵੇਂ ਉਹ ਮੋੜ ਆਇਆ ਕਿੰਨਾ ਕੁ ਸਮਾਂ ਲੱਗਿਆ ਇਸ ਬਾਰੇ ਗੱਲ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ ਗੁਰਦੁਆਰੇ ਵਿੱਚ 1974 ਦੇ ਸਮੇਂ ਦੇ ਦੌਰਾਨ ਤਣਾ ਕਾਫੀ ਵੱਜ ਚੁੱਕਿਆ ਸੀ ਜਿਸ ਤਰ੍ਹਾਂ ਸਰਦਾਰ ਮੋਤਾ ਸਿੰਘ ਚੀਤਾ ਨੇ ਸਾਨੂੰ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ ਪਰ ਨਾਲ ਹੀ ਇਹ ਆਵਾਜ਼ ਵੀ بلند ਹੋ ਰਹੀ ਸੀ ਕਿ ਇਹ ਤੇ ਗੁਰਮਤ ਅਨੁਕੂਲ ਮਰਿਆਦਾ ਜੋ ਹੈ ਲਾਗੂ ਕੀਤੀ ਜਾਏ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਅੱਗੇ ਆਓ ਕੁਝ ਹੋਰ ਜਾਣਕਾਰੀ ਲੈਣੇ ਜੀ ਸੋ ਫਿਰ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਦੱਸਿਓ ਕੋ ਗੋਰੇ ਦੀ ਇਵਨ ਦਾੜੀ ਵੀ ਪੁੱਟੀ ਗਈ ਤੇ ਕਾਫੀ ਜ਼ਿਆਦਾ ਹਾਲਾਤ ਖਰਾਬ ਹੋ ਰਹੇ ਸੀ ਕਿਵੇਂ ਇਸ ਨਾਲ ਡੀਲ ਕੀਤਾ ਗਿਆ ਹਜੀ ਉਸ ਉਹੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਿਉਂਕਿ ਜਿਹੜੇ ਆਪਣੇ ਹਿੰਦੁਸਤਾਨ ਤੋਂ ਆਪਣੇ ਖਾਸ ਮਹਿਮਾਨ ਆਏ ਸਨ ਔਰ ਕੌਮ ਦੇ ਆਗੂ ਸਾਨੂੰ ਲੀਡਰ ਸਨ ਉਹਨਾਂ ਨੇ ਵੀ ਇਸ ਚੀਜ਼ ਦੇ ਨਾਲ ਸਹਿਯੋਗ ਦਿੱਤਾ ਔਰ ਇੱਕ ਕਿਸਮ ਦਾ ਕਮਿਊਨਿਟੀ ਵਿੱਚ ਕਿਸੇ ਦਾ ਮੋਰਚਾ ਹੀ ਲੱਗ ਗਿਆ ਸਮਝ ਲਾ ਕਿ ਉਹ ਜਿਸ ਗੁਰਦੁਆਰੇ ਵੀ ਗਏ ਤੇ ਉਹ ਗੁਰਦੁਆਰੇ ਅੰਦਰ ਇੱਕ ਕੰਡੀਸ਼ਨ ਸੀ ਅਸੀਂ ਗੁਰਦੁਆਰੇ ਦੇ ਅੰਦਰ ਤਾਂ ਜਾਣਾ ਜੇ ਉੱਥੇ ਸਾਰੀ ਸੰਗਤ ਸਿਰ ਟਾਕੇ ਬੈਠੇਗੀ ਓਕੇ ਤੇ ਇਹੋ ਜੀ ਹਾਲਤ ਹੋਈ ਕਿ ਇੱਕ ਦੋ ਗੁਰਦੁਆਰੇ ਅਸੀਂ ਗਏ ਉੱਥੇ ਦੇ ਜਿਹੜੇ ਮੈਨੇਜਮੈਂਟ ਬੰਦੇ ਸਨ ਉਹ ਇਤਨੇ ਜ਼ਿੱਦ ਸਨ ਉਹ ਕਹਿੰਦੇ ਵੀ ਅਸੀਂ ਤਾਂ ਉੱਠ ਕੇ ਨਹੀਂ ਜਾਣਾ ਤੇ ਉਹਨਾਂ ਚ ਜੇ ਇਹ ਡਿਗਨਿਟਰੀਜ਼ ਸੇ ਵਿਚਈ ਸਦਾ ਹਰਪਜਨ ਸਿੰਘ ਤੇ ਯੋਗੀ ਤੇ ਇਹਨਾਂ ਦੇ ਜਿੰਨੇ ਨਾਲ ਇਹਨਾਂ ਦੇ ਹੋਰ ਗੋਰੀ ਸਿੰਘ ਸਨ ਇਹ ਸਾਰੇ ਲੋਕ ਉਹਨਾਂ ਚਿਰ ਬਾਹਰ ਹੀ ਖੜੇ ਰਹੇ ਜਨ ਚਿਰ ਅੰਦਰ ਨਹੀਂ ਅਖੀਰ ਤੇ ਗੱਲ ਕੀ ਹੁੰਦੀ ਸੀ ਕਿ ਬੰਦਾ ਤਾਂ ਆ ਕੇ ਉਹਨੇ ਕਿਹਾ ਚਲੋ ਮੈਂ ਜਾਣਾ ਤੁਸੀਂ ਅੰਦਰ ਆ ਜਾਓ ਤੇ ਆਸ ਆਸਤਾ ਫਿਰ ਉਹਨਾਂ ਨੇ ਜਾਨੀ ਟ੍ਰਿਪ ਇਥੇ ਵੈਨਕੂਰ ਦੇ ਵਿੱਚ ਤੇ ਸਾਰੀ ਗੁਰਦੁਆਰੇ ਆਈਲੈਂਡ ਤੇ ਤੇ ਇਸੇ ਤਰੀਕੇ ਨਾਲ ਕੈਮ ਲੂਪ ਕਲੋਨਾ ਵਗੈਰਾ ਇਧਰ ਲਪਾਸਾ ਵੀ ਇੰਟੀਰੀਅਰ ਦੇ ਵਿੱਚ ਵੀ ਹੋ ਗਿਆ ਔਰ ਉਹਦਾ ਕਾਫੀ ਜਿਹੜਾ ਸੀਗਾ ਚੰਗਾ ਅਸਰ ਹੋਇਆ ਤੇ ਇਹ ਇੱਕ ਸਾਲ ਸੀਗਾ ਜਿਹਦੇ ਵਿੱਚ ਸਰਦਾਰ ਕਪੂਰ ਸਿੰਘ ਜਿਹੜੇ ਕਿ ਭਾਈ ਸਾਹਿਬ ਦੀ ਜਿਹਨਾਂ ਕੋਲ ਉਪਾਦੀ ਸੀਗੀ ਔਰ ਜਿਹਨਾਂ ਦੀ ਸਿੱਖ ਜਗਤ ਉਹਨਾਂ ਦੇ ਬੜੇ ਸਤਕਾਰ ਦੇ ਨਾਮ ਨਾਲ ਲੈਂਦਾ ਓਵੀ 74 ਦੇ ਵਿੱਚ ਆਏ ਸਨ ਜੀ ਔਰ ਬਹੁਤ ਸਾਰੇ ਉਹਨਾਂ ਦਾ ਫਾਇਦਾ ਵੀ ਉਠਾਇਆ ਗਿਆ ਇੱਕ ਸਕੂਲ ਦੇ ਵਿੱਚ ਖਾਸ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬਾਹਰੋਂ ਲੋਕਾਂ ਨੂੰ ਸਤਕੇ ਸਿੱਖ ਸਰੰਦੇ ਸਿੱਖੀ ਦੇ ਸਮਾ ਦੇ ਵਿੱਚ ਲੈਕਚਰ ਦਿੱਤੇ ਗਏ ਜੀ ਔਰ ਗੁਰਦੁਆਰੇ ਦੇ ਅੰਦਰ ਮੈਕਸੀਮਮ ਐਕਸਪੋਜ਼ਰ ਲੋਕਾਂ ਨੂੰ ਕੋਸ਼ਿਸ਼ ਕੀਤੀ ਦੇਣ ਦੀ ਔਰ ਬੱਚਿਆਂ ਨੇ ਸਕੂਲ ਦੇ ਜਿਹੜੇ ਬੱਚੇ ਸਨ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਤਾਂ ਕਿ ਤੁਸੀਂ ਆਓ ਔਰ ਇੱਕ ਹੋਰ ਗੱਲ ਸੀ ਜਿਹੜੀ ਸ਼ੁਰੂ ਕੀਤੀ ਗਈ ਜਿੰਨੇ ਆਨੰਦ ਕਾਰਜ ਹੁੰਦੇ ਸਨ ਜਿਸ ਆਨੰਦ ਕਾਰਜ ਸਮੇਂ ਜਿਹੜਾ ਵਿਆਹਤਾ ਜੋੜਾ ਹੁੰਦਾ ਸੀ ਉਹਨੂੰ ਇੱਕ ਨਿਤਨੇਮ ਦਾ ਗੁਟਕਾ ਜਾਂ ਇੱਕ ਅੰਗਰੇਜ਼ੀ ਦੀ ਜਨੇਸਕੋ ਵਾਲੀ ਸ਼ਫੀਕਤਾ ਉਹ ਦਿੱਤੀ ਜਾਂਦੀ ਸੀਗੀ ਤਾਂ ਕਿ ਜਿਸ ਸਰਕਾਰ ਜਾਣ ਤਾਂ ਉਹ ਐਟਲੀਸ ਇਹਨਾਂ ਜਾਣ ਸਕਣ ਕਿ ਸਾਡਾ ਵਿਆਹ ਕਿੱਥੇ ਹੋਇਆ ਕਿ ਸਿੱਖ ਧਰਮ ਕੀ ਹੈ ਤੇ ਇਹਦੀ ਮਰਿਆਦਾ ਕੀ ਹੈ ਸੋ ਇੱਕ ਇਹ ਸਾਲ ਐਸਾ ਸੀ ਕਿ ਜਿਸ ਵਕਤ ਅਸੀਂ ਗੁਰਦੁਆਰੇ ਇਤਵਾਰ ਨੂੰ ਆਉਂਦੇ ਸਾਂ ਤੇ ਇਹ ਹਮੇਸ਼ਾ ਦਿਲ ਵਿੱਚ ਅੰਦਾਜ਼ ਸੀ ਕਿ ਪ੍ਰਮਾਤਮਾ ਅੱਜ ਮਿਹਰ ਕਰੇ ਕਿ ਅੱਜ ਦਾ ਐਤਵਾਰ ਚੰਗਾ ਨੰਗਾ ਠੀਕ ਨਹੀਂ ਕੋਈ ਗੜਬੜ ਨਾ ਹੋਵੇ ਹਾਂਜੀ ਕੋਈ ਕੋਈ ਗੜਬੜ ਨਾ ਹੋਵੇ ਸੋ ਕਿੰਨਾ ਸਮਾਂ ਹੋਰ ਲੱਗਾ ਜੀ ਇਹ ਫਿਰ ਚੇਂਜ ਹੋਣ ਵਿੱਚ ਜਦੋਂ ਕਿ ਫਿਰ ਰੁਮਾਲ ਰੱਖ ਕੇ ਸਿਰ ਢੱਕ ਕੇ ਅੰਦਰ ਆਣਾ ਸ਼ੁਰੂ ਕੀਤਾ ਗਿਆ ਹੌ ਹੌਸਾ ਹੌਸਾ ਕੀ ਹੋਇਆ ਜੀ ਕਿ ਪਾਪੂਲੇਸ਼ਨ ਜਿਹੜੇ ਹਿੰਦੂਸਤ ਸਿਸਟਰਸੀ ਜ਼ਿਆਦਾ ਹੋ ਗਈ। ਹੋਰ ਜ਼ਿਆਦਾ ਹੋਣ ਕਿ ਕੁਦਰਤੀ ਤੌਰ ਤੇ ਫਿਰ ਜਿਹੜਾ ਆਪਾਂ ਡੈਮੋਕ੍ਰੈਟਿਕ ਵੇ ਹੈਗਾ ਜਿਹੜਾ ਉਹਦੇ ਚ ਆਉਟ ਨੰਬਰ ਕਰ ਗਿਆ। ਆਉਟ ਨੰਬਰ ਕਰਨ ਦੇ ਨਾਲ ਇਹ ਵੀ ਅਹਿਸਾਸ ਹੋ ਗਿਆ 74 ਦੇ ਵਿੱਚ ਸਰਦਾਰ 부ਦ ਸਿੰਘ ਟਾਹਾਂ ਸੈਕਟਰੀ ਸਨ ਉਸ ਵਕਤ ਤੇ ਸਰਦਾਰ ਸਰਜੀਤ ਸਿੰਘ ਗਿੱਲ ਸਨ ਪ੍ਰੈਜ਼ੀਡੈਂਟ ਸਨ 75 ਦੇ ਵਿੱਚ। ਉਸ ਵਕਤ ਹੀ ਅਸੀਂ ਜਦੋਂ 74 ਚ ਇਹ ਜਥਾ ਸਤਾ ਰਿਕਵੈਸਟ ਕੀਤੀ ਵੀ ਸਾਨੂੰ ਕੋਈ ਪਹਿਲਾ ਜਥਾ ਭੇਜੋ ਜਿਹੜਾ ਇੱਥੇ ਕੀਰਤਨ ਤਾ ਜਿਹੜਾ ਪ੍ਰਚਾਰ ਹੋ ਸਕੇ ਤਾਂ ਜਿਹਦੇ ਬਨਾਤੇ ਭਾਈ ਬਖਸੀ ਸਿੰਘ ਦਾ ਜਥਾ ਜਿਹੜੇ ਕਿ ਪਟਿਆਲੇ ਵਾਲੇ ਦਰਬਾਰ ਸਾਹਿਬ ਦੇ ਨੰਬਰ 1 ਉਹ ਕੀਰਤਨੀਆਂ ਸਨ ਉਹ ਪਹਿਲੀ ਵਾਰੀ ਆਏ ਉਹ ਪਹਿਲੀ ਵਾਰ ਬੈਂਕੂਰ ਦੀ ਧਰਤੀ ਤੇ 3 ਮਹੀਨੇ ਉਹ ਕੀਰਤਨ ਕਰਕੇ ਗਏ ਉਹਨਾਂ ਨੇ 1975 ਦੇ ਵਿੱਚ ਕੀਰਤਨ ਕਰਵਾਇਆ ਜੀ ਔਰ 75 ਦੇ ਵਿੱਚ ਇਸ 74 ਦੀਆਂ ਜਿਹੜੀਆਂ ਗਤੀਆਂ ਵਿਧੀਆਂ ਜਾਂ ਜੋ opralies ਹਨ ਉਹਦਾ ਸਦਕਾ ਹੀ 75 75 ਦੇ ਵਿੱਚ ਜਿਹੜਾ ਪੰਜਾਬੀ ਸਕੂਲ ਹੈ ਪਹਿਲਾ ਉਹ ਖਾਸਾ ਅਡਵਾਂਸ ਸੋਸਾਇਟੀ ਵਿੱਚ ਸਦਾ ਸਰਜੀਤ ਸਿੰਘ ਗਿੱਲ ਤੇ ਸਦਾ ਬੁੱਧ ਸਿੰਘ ਤਾਂ ਉਹਨਾਂ ਦੀ ਸਹਿਯੋਗ ਤੇ ਉਹਨਾਂ ਦੀ ਕਮੇਟੀ ਦੇ ਸਹਿਯੋਗ ਨਾਲ ਪਹਿਲਾ ਇਹ ਜਿਹੜਾ ਸਕੂਲ ਵੀ ਉਸ ਵੇਲੇ ਖੋਲਿਆ ਗਿਆ রাইਟ ਜਦ ਕਿ ਪੰਜਾਬੀ ਦੀਆਂ ਕਲਾਸਾਂ ਤਾਂ ਹੋਰ ਵੀ ਵਾਰ ਸਕੂਲਾਂ ਵਿੱਚ ਲਗਾਈਆਂ ਜਾਂਦੀਆਂ ਸਨ ਲੇਕਿਨ ਗੁਰਦੁਆਰੇ ਦੇ ਅੰਦਰ ਦਾ ਸਕੂਲ ਸੀ ਸੋ 75 ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਚੀਤਾ ਸਾਹਿਬ ਕਿ ਇਹ ਇੱਕ ਮਾਹੌਲ ਚੇਂਜ ਹੋ ਗਿਆ ਤੇ ਹੁਣ ਸਿਰ ਟੱਕੇ ਅੰਦਰ ਆਣਾ ਸ਼ੁਰੂ ਕਰ ਦਿੱਤਾ ਹਾਂ ਜੀ ਅਜੇ ਹੁਣ ਵੀ ਕੋਈ ਵਿਰੋਧ ਸੀ ਤੇ ਨੰਬਰ 2 75 ਔਨਵਰਡਸ ਜਿਹੜਾ ਸੀ ਕੀ ਉਹ ਪੀਸਫੁਲ ਪੀਰੀਅਡ ਰਿਹਾ ਜਾਂ ਇਸ ਸਮੇਂ ਦੌਰਾਨ ਵੀ ਕੁਝ ਗੜਬੜ ਹੋਂਦੀ ਹਾਂਜੀ ਉਸ ਵੇਲੇ 75 ਦੇ ਇੱਕ ਫਿਰ ਮੇਜਰ ਇੱਕ ਹਲਾ ਹੋਰ ਹੋਇਆ ਤੇ ਉਹਦੇ ਵਿੱਚ ਅਸੀਂ ਇਹ ਮਹਿਸੂਸ ਕਰਦਾ ਕਿ ਇੱਕ ਗਰੁੱਪ ਸੀਗਾ ਤੀਸਰਾ ਗਰੁੱਪ ਸੀਗਾ ਜਿਹੜਾ ਕਿ ਗੁਰਦੁਆਰੇ ਤੇ ਕਾਬਜ਼ ਹੋਣਾ ਚਾਹੁੰਦਾ ਸੀਗਾ ਔਰ ਉਸ ਗਰੁੱਪ ਨੂੰ ਕੰਟਰੋਲ ਕਰਨ ਵਾਸਤੇ ਫਿਰ ਮੈਂ ਇਸੀ ਦਾ ਕ੍ਰੈਡਿਟ ਦੇਣਾ ਇਸ ਜਨਾਬ ਸਰਦਾਰ ਸੁਜੀਤ ਸੋਣੀ ਕੇ ਜਿਹੜੇ ਸ਼ਾਇਦ ਹੋ ਕਿਰਪਾ ਕਰੇ ਹੋ ਇਹ ਐਸ਼ੋ ਸੰਦੇ ਹੋਣ ਤੇ ਉਹਨੂੰ ਪਤਾ ਲੱਗ ਜਾਏਗਾ ਉਹਨਾਂ ਨੇ ਕੋਸ਼ਿਸ਼ ਕੀਤੀ ਐਬਸਪੋਰਟ ਤੋਂ ਮੇਰੇ ਨਾਂ ਦੇ ਇੱਕ ਸਰਦਾਰ ਮੋਤਾ ਸਿੰਘ ਗਰੇਵਾਲ ਹੁੰਦੇ ਸੀ ਅੱਛਾ ਜੀ ਔਰ ਆਦੀ ਸਹੈਤ ਹਲਾ ਕੇ ਉਥੋਂ ਦੀ ਸੰਗਤ ਸੱਦ ਕੇ ਤੇ ਇੱਥੇ ਫੇਰ ਇੱਕ ਵਾਰੀ ਚੰਗਾ ਤਕੜਾ ਝਗੜਾ ਹੋਇਆ ਅੱਛਾ ਇੱਥੇ ਗੁਰਦੁਆਰੇ ਦੇ ਅੰਦਰ ਜਿਹਦੇ ਵਿੱਚ ਕੁਝ ਬੰਦੇ ਜਿਹੜੇ ਕਿ ਉਹਨਾਂ ਨੂੰ ਫੇਸ ਸਟਰਕਚਰ ਦੇ ਪਾ ਕੇ ਤੇ ਹਸਪੀਟਲ ਦੇ ਵੀ ਲਗਾਏ ਤੇ ਲੇਕਿਨ ਉਹ ਫੇ ਆਖਰੀ ਝਗੜਾ ਸੀਗਾ ਉਹ ਤੀਸਰਾ ਗਰੁੱਪ ਵੀ ਇੰਟਰਫੇਅਰ ਕਰੋਂ ਹਟ ਗਿਆ ਬਾਕੀ ਜਿਹੜੇ ਜਿਹੜੇ ਗੁਰਮਤਿ ਸਿਧਾਂਤ ਤੇ ਜਿਹੜੇ ਦੋ ਗਰੁੱਪਸ ਹਨ ਉਹਨਾਂ ਦੇ ਉਦੋਂ ਗੁਰਦੁਆਰੇ ਦੇ ਚਲਾਉਣ ਵਾਸਤੇ ਜਾਂ ਗੁਰਦੁਆਰੇ ਦੀ ਮੈਨੇਜਮੈਂਟ ਦੀ ਸੰਬੰਧੀ ਤਾਂ ਕੋਈ ਨਾ ਕੋਈ ਉਹਨਾਂ ਦਾ ਡਿਫਰੈਂਸ ਹੋ ਸਕਦਾ ਲਿਖੇ ਸਿੱਖੀ ਸਕੂਲਾਂ ਦੇ ਨਾਲ ਉਹਨਾਂ ਦਾ ਸਿਰਫ ਸਮੂਦ ਹੋਗੀ ਟਰਾਂਜੀਸ਼ਨ ਹੋਗੀ ਤੇ ਕੰਮ ਚੱਲਦਾ ਰਿਹਾ ਬਿਲਕੁਲ ਅੱਛਾ ਚੱਲਣ ਲੱਗ ਪਿਆ ਉਸ ਵਾਰੀ ਦੇ ਦਹਾਕੇ ਤੱਕ ਪਹੁੰਚਣ ਤੱਕ ਕੋਈ ਹੋਰ ਮੇਜਰ ਕੋਈ ਗੱਲਬਾਤ ਹੋਈ ਹੋਏ ਇਸ ਸਮੇਂ ਦੌਰਾਨ ਕਿਉਂਕਿ ਇਹ ਗੁਰਮਤ ਵੀ ਹੁਣ ਲਾਗੂ ਹੋ ਗਈ ਸੀ ਲੋਕੀ ਵੀ ਆਣੇ ਸ਼ੁਰੂ ਹੋ ਗਏ ਸੀ ਕੀਰਤਨ ਵੀ ਹੋਣਾ ਸ਼ੁਰੂ ਹੋ ਗਿਆ ਸੀ ਪੰਜਾਬੀ ਵੀ ਬੱਚਿਆਂ ਨੂੰ ਪੜਾਈ ਜਾ ਰਹੀ ਸੀ ਤੇ ਅਗੇ ਜਿਸ ਤਰ੍ਹਾਂ ਤੁਸੀਂ ਕਹੇ ਰੈਜ਼ਿਸਟੈਂਸੀ ਲੇਡੀਜ਼ ਵੱਲੋਂ ਵੀ ਉਹ ਵੀ ਬੰਦ ਹੋ ਗਈ ਸੀ ਆਸਤਾ ਆਸਤਾ ਬੰਦ ਹੋ ਗਏ ਲੋਕਾਂ ਨੇ ਇਸ ਦੀ ਸੂਝ ਬਹੁਤ ਜ਼ਿਆਦਾ ਕਿਉਂਕਿ ਆਊਟ ਨੰਬਰ ਹੋਣ ਦੇ ਖਾਤਰ ਤਾਂ ਖਾਸ ਕਰਕੇ ਆਫਟਰ 80 79 ਦੇ ਤਾਂ ਬਹੁਤ ਸਾਰੇ ਜਿਹੜੇ ਨਵੇਂ ਇਮੀਗ੍ਰੈਂਟਸ ਸਨ ਵਿਜ਼ਟਰਸ ਬਹੁਤ ਸਾਰੇ ਆ ਗਏ ਸਨ 70s ਦੇ ਵਿੱਚ ਤਾਂ ਇਸ ਕਰਕੇ ਉਹਨਾਂ ਦਾ ਅਸਰ ਹੋਇਆ ਜਿਸ ਕਰਕੇ ਫਿਰ ਜਸ ਜਿਹੜਾ ਮਹਿਸੂਸ ਕਰਦਾ ਜਿਹੜਾ ਗੁਰਦੁਆਰਿਆਂ ਦਾ ਨੰਗੇਸਰ ਨਹੀਂ ਗੁਰਪਉਣਾ ਜਾਨੀ ਆਉਣਾ ਚਾਹੁੰਦਾ ਸੀਗਾ ਉਹਨਾਂ ਨੇ ਮਹਿਸੂਸ ਕੀਤਾ ਵੀ ਅਸੀਂ ਹੁਣ ਛੋਟੇ ਨੰਬਰ 'ਚ ਰਹਿ ਗਏ ਸਾਰਨ ਤਾਂ ਅਸੀਂ ਜੇ ਅਸੀਂ ਵੋਟਾਂ ਵੀ ਪਾਈਓ ਡੈਮੋਕਰੈਟਿਕ ਵੇ ਦੇ ਨਾਲ ਵੀ ਅਸੀਂ ਅਸੀਂ ਬੀਟ ਹੋ ਜਾਾਂਗੇ ਤੇ ਉਹਦਾ ਹੀ ਇੱਕ ਅਸਰ ਸੀ ਸ਼ਾਇਦ ਜਿਹੜਾ ਨੰਬਰ 5 ਗੁਰਦੁਆਰਾ ਰਿਸ਼ਮਣ ਦੇ ਵਿੱਚ ਫਿਰ ਦੁਬਾਰਾ ਉੱਥੇ ਇੱਕ ਬਣੇਗੇ। ਤੇ ਉੱਥੇ ਉਸ ਸਮੇਂ ਫਿਰ ਉੱਥੇ ਰੰਗੇ ਸੇਰੀ ਚੱਲਦਾ ਰਿਹਾ। ਹਾਂਜੀ ਉੱਥੇ ਜਾਂਦੇ ਸਨ ਲੇਕਿਨ ਅੱਜ ਉੱਥੇ ਵੀ ਗੁਰੂ ਦੀ ਕਿਰਪਾ ਉੱਥੇ ਬਿਲਕੁਲ ਉੱਥੇ ਵੀ ਹੁਣ ਗੁਰਮਤਨਕੂਲ ਹੀ ਹਰ ਚੀਜ਼ ਚੱਲ ਰਹੀ ਹੈ। ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਉਹਨਾਂ ਰਿਸ਼ੀ ਦੀ ਵਧਾਈ ਵੀ ਦਿੰਦੇ ਹਾਂ। ਰਾਈਟ ਸੋ so, ਹੁਣ 80s ਦੇ ਵਿੱਚ ਜਦੋਂ ਤੁਸੀਂ ਪਹੁੰਚ ਗਏ ਸੀ ਇਹ ਮਸਲਾ ਵੀ ਬੈਕਸਾਈਡ ਹੋ ਗਿਆ ਸੀ ਕਮਿਊਨਿਟੀ ਇਸ਼ੂਸ ਕੀ ਡਿਸਕਸ ਹੁੰਦੇ ਸੀ ਗੁਰਦੁਆਰਿਆਂ ਦੇ ਵਿੱਚ ਜਾਂ ਸਿਰਫ ਧਾਰਮਿਕ ਕਾਰਜਾਂ ਤੱਕ ਹੀ ਸੀਮਤ ਰਹਿ ਗਏ ਸੀ ਕਮੇਟੀ ਦੇ ਵਿੱਚ ਹਮੇਸ਼ਾ ਜੀ ਇਸ਼ੂ ਡਿਸਕਸ ਹੁੰਦੇ ਨੇ ਸਭ ਤੋਂ ਪਹਿਲਾ ਉਹ ਸੋਲੀ ਇਸ਼ੂ ਜਿਹੜਾ ਸੀਗਾ ਉਸ ਵਕਤ ਸਾਨੂੰ ਲੈਂਗੁਏਜ ਦੇ ਇਸ਼ੂ 80s ਦੇ ਸ਼ੁਰੂ ਹੋ ਗਿਆ ਸਨ ਮਲਟੀਕਲਚਰਲਿਜ਼ਮ ਦੇ ਉਹਦੇ ਇਸ਼ੂ ਕਾਫੀ ਉੱਪਰ ਕੇ ਅੱਗੇ ਆ ਰਹੇ ਸਨ ਰਾਈਟ ਔਰ ਇੱਕ ਖਾਸ ਪ੍ਰੋਬਲਮ ਸੀਗਾ ਜਿਹੜੇ ਚ ਇੱਥੇ ਦੀ ਫੈਡਰਲ ਗਵਰਨਮੈਂਟ ਨੇ ਮਹਿਸੂਸ ਕੀਤਾ ਕਿ ਜਿਹੜੀ ਮਾਈਨੋਰਟੀ ਆ ਇੱਥੇ ਵਿਜ਼ੂਅਲ ਮਾਈਨੋਰਟੀ ਕਾਫੀ ਅੱਗੇ ਵਧ ਰਹੀ ਆ ਤੇ ਇਹਨਾਂ ਦੀ ਪਾਰਟਿਸਪੇਸ਼ਨ ਜਿਹੜੇ ਇੱਥੇ ਦੀ এমਪਲੋਇਮੈਂਟ ਸਿਸਟਮ ਦੇ ਵਿੱਚ ਕਿਦਾਂ ਹੋਵੇ ਓਕੇ ਸੋ ਇਹ ਇਸ਼ੂਜ਼ ਵੱਲ ਵੀ ਹੁਣ ਧਿਆਨ ਦੇਣਾ ਸ਼ੁਰੂ ਕਰ ਲਿਆ ਸੀ ਜੀ ਹਾਂ ਇਹਦੇ ਬਾਰੇ ਜੀ ਅਗਲੇ ਹਫਤੇ ਅਸੀਂ ਸਾਂਝ ਪਾਵਾਂਗੇ ਕਿਉਂਕਿ ਮੈਂ ਚਾਹੁੰਦਾ ਸੀ ਕਿ 84 ਤੇ ਪਹੁੰਚਦੇ ਪਰ ਕੁਝ ਬੜੇ ਇੰਟਰਸਟਿੰਗ ਫੈਕਟ ਸੀ ਅਗਲੇ ਹਫਤੇ ਇਹ 80s ਦੇ ਵਿੱਚ ਜੋ ਕੁਝ ਜਿੱਥੇ ਕਿ ਫੈਡਰਲ ਸਰਕਾਰ ਤੇ ਪ੍ਰੋਵਿੰਸ਼ਲ ਸਰਕਾਰ ਵਿੱਚ ਵੀ ਇਮੀਗਰੈਂਟਸ ਦੀ ਹੋਂਦ ਨੂੰ ਹੁਣ ਥੋੜੀ ਜੀ ਮਾਨਤਾ ਮਿਲਣੀ ਸ਼ੁਰੂ ਹੋ ਗਈ ਸੀ ਨਾਲ ਗੁਰਦੁਆਰਿਆਂ ਦੇ ਵਿੱਚ ਕੀ ਚੇਂਜੇਸ ਆਏ ਆਮ ਜਨਤਾ ਦੇ ਵਿੱਚ ਕੀ ਹਾਲ ਹੁੰਦਾ ਸੀ ਇਸ ਬਾਰੇ ਮੈਂ ਮੋਟੇ ਮੋਟੇ ਗੱਲਾਂ ਆਪ ਜੀ ਨਾਲ ਕਰਾਂਗਾ ਔਰ ਸਿਰਫ ਟੱਚ ਕਰਾਂਗਾ ਬਿਲਕੁਲ ਥੈਂਕ ਯੂ ਵੈਰੀ ਮੱਚ ਅਗਲੇ ਹਫਤੇ ਸ